खुशखबरी। प्रसिद्ध कंपनी चारे दे माहर फोरेज स्पेशलिस्ट एडवांटा दी पहल साइलेज बनाउन लई एक शानदार अते आकर्षक पेशकश। भारत विच पहली बार बहुत ही अजोकी इनकलाबी अते नवी पीढ़ी दी साइलेज फसल प्रकाश सोगो, जो डेयरी किसानां नूं ज्वार तों साइलेज बनाउन दा एक नवा विकल्प दिंदी है। ज्वार तों बनी साइलेज जानवरां दी कुदरती खुराक दे सब तों नेड़े है अते उहनां दी पहली पसंद है। दूध की चंगी पैदावार लई पशुआं नूं पौष्टिक अते संतुलित खुराक विच हरा चारा, कैटल फीड अते सुके चारे दा मिश्रण देण नाल दूध दा उत्पादन बेहतर अते जानवरां दी सेहत चंगी हुंदी है। हरे चारे दी उपलब्धता हमेशा नहीं हुंदी, अजिहे समय संतुलित खुराक दी चुनौती नूं पूरा करन लई साइलेज दी वरतों करना किसानां लई एक वरदान है। एडवांटा खेतीबाड़ी दे खेतर विच रोज नवे तजर्बे करके भारत विच लियाया है ब्रकाई सोरगो। ब्रकाई सोरगो एक नवी पीढ़ी दी साइलेज फसल है, जो कि अमेरिका, अर्जेंटीना, मैक्सिको अते यूरोपियन देशां विच बहुत मशहूर है। अगां वधू डेयरी वाले किसान इस नूं साइलेज बनाउण लई बहुत पसंद करदे हन। एडवांटा ने कुछ खास जगह ते ब्रकाई सोरगो दे फील्ड ट्रायल भी कीते सन। आओ देखदे हां कि की कहना है किसान भरावां दा इस बारे। पत्ते बहुत हरे ने, चौड़े ने पत्ते, मकई नूं पैंदी है दूजी छड्डी दे, इहदे उत्ते आ दुम लगदा है बहुत, इहदे विच दाणे बणे हुंदे आ, दुद्ध आ वा दुम बहुत ज्यादा आ। ਹੁਣ ਇਹਦਾ ਸੈਲ ਪਾਉਣ ਲੱਗੇ ਆ, ਮਕਈ ਨਾਲੋਂ ਚੰਗਾ ਹੈ, ਸਾਨੂੰ ਵਧੀਆ ਲੱਗਾ। ਇਹ ਹੁਣ ਐਵਰੇਜ ਜਿਹੜਾ ਨਾ 260 ਕੁਇੰਟਲ ਦੀ ਕਿੱਡੇ ਦੀ, ਕਿਉਂ ਇਹਦਾ ਪੱਤਾ ਵੀ ਚੌੜਾ, ਉੱਪਰਾ ਦਾਣਾ ਵੀ ਬਣਿਆ ਵਾ, ਮੱਤੀ ਵਾਂਗੂ ਆਹ ਪੱਤੇ ਆਹ ਦਿੰਦੇ ਨੇ, ਇਹਦੇ ਕਰਕੇ ਆਇਆ ਗ੍ਰੈਵਿਟੀ ਜ਼ਿਆਦਾ ਆ ਰਹੀ ਹੈ। ਕਹਿੰਦੇ ਵੱਢਣ ਨੂੰ ਵੀ ਬੋਲੀ ਆ, ਚਾਰ ਵੀ ਡੰਗਰ ਪਸ਼ੂ ਵੀ ਵਧੀਆ ਖਾਂਦੇ ਨੇ, ਮੈਨੂੰ ਵਧੀਆ ਲੱਗੀ। ਇਹਦੇ ਜਿਹੜੇ ਤਣੇ ਨੇ ਇਹ ਵੀ ਚਰੀ ਨੂੰ ਵੱਧ ਨੇ, ਤੇ ਇਹਦੇ ਪੱਤੇ ਵੀ ਮੱਕੀ ਨੂੰ ਜ਼ਿਆਦਾ ਨੇ, ਨਾ ਵੀ ਮੋਟਾ, ਔਰ ਹਾਈਟ ਵੀ ਮੱਕੀ ਨੂੰ ਥੋੜ੍ਹੀ ਜ਼ਿਆਦਾ। ਇਹਦੀ ਸਿੱਟਾ ਵੀ ਬਹੁਤ ਵਧੀਆ ਹੈ, ਬਾਕੀ ਥੱਲੋਂ ਹਰੀ ਆ ਸਾਰੀ ਟੋਟਲੀ, ਪਰ ਬਾਕੀ ਵੀ ਮਿੱਠੀ ਬਹੁਤ ਹੈ, ਚਾਰ ਬਹੁਤ ਵਧੀਆ ਬਣਦਾ ਹੈ। ਹੁਣ 85 ਦਿਨ ਦੀ ਹੋ ਚੁੱਕੀ ਹੈ, ਤੇ ਇਹ ਦਾਣੇ ਦੇ ਸਾਈਲੇ ਪਾਉਣ ਦੇ ਅਨੁਕੂਲ ਆ, ਪਾਣੀ ਘੱਟ ਲੱਗਦਾ, ਤਾਂ ਵੀ ਤੁਹਾਡੀ ਜਵਾਰ 19 ਹੋ। ਵੱਢਣੀ ਬੜੀ ਸਖਾਲੀ ਹੈ ਜੀ ਇਹ, ਤੇ ਜਿੰਨੇ ਟਾਈਮ 'ਚ ਅਸੀਂ 1 ਕਿੱਲਾ ਵੱਢਦੇ ਹਾਂ ਜੀ, ਇਹਦਾ 1.5 ਕਿੱਲਾ ਵੱਢਦੇ ਹਾਂ ਜੀ। ਵਜਨ ਇਹਦਾ ਬਹੁਤ ਜ਼ਿਆਦਾ ਜੀ ਮੱਕੀ ਨਾਲੋਂ, ਬਾਕੀ ਟਾਂਡਾ ਉਹਦਾ 1 ਹੁੰਦਾ ਜੀ, ਇਹਦੇ 4 ਹੁੰਦੇ ਨੇ। ਬ੍ਰਕਾਈ ਸੋਰਗੋ ਤੋਂ ਸਾਇਲਜ ਬਣਾਉਣ ਦੇ ਬਹੁਤ ਸਾਰੇ ਫਾਇਦੇ ਹਨ। ਇਹ ਮੱਕੀ ਤੋਂ ਵੱਧ ਝਾੜ ਦਿੰਦਾ ਹੈ। ਵਿਸ਼ਾਲ ਅਨੁਕੂਲਤਾ ਦੀ ਵਜ੍ਹਾ ਨਾਲ ਇਹ ਲੰਮੇ ਸਮੇਂ ਤੱਕ ਬਿਜਾਈ ਅਤੇ ਹਰ ਕਿਸਮ ਦੀ ਮਿੱਟੀ ਲਈ ਵਾਜਬ ਹੈ। ਮੱਕੀ ਦੇ ਮੁਕਾਬਲੇ ਵਿੱਚ ਬ੍ਰਕਾਈ ਸੋਰਗੋ ਦੀ ਦੇਖਭਾਲ ਕੀਮਤ ਵੀ ਘੱਟ ਹੈ। ਇਸ ਨੂੰ ਘੱਟ ਵਸੀਲਿਆਂ, ਘੱਟ ਪਾਣੀ ਅਤੇ ਘੱਟ ਖਾਦ ਦੀ ਜ਼ਰੂਰਤ ਹੁੰਦੀ ਹੈ। ਗੁਣਵੱਤਾ ਅਤੇ ਪੌਸ਼ਟਿਕਤਾ ਨਾਲ ਭਰਪੂਰ ਬ੍ਰਕਾਈ ਸੋਰਗੋ ਨਾਲ ਬਣਿਆ ਸਾਇਲਜ ਉੱਤਮ ਗੁਣਾਂ ਅਤੇ ਵਧੇਰੇ ਹਾਜ਼ਮੇਦਾਰ ਹੋਣ ਕਰਕੇ ਜਾਨਵਰਾਂ ਵਿੱਚ ਪੌਸ਼ਟਿਕ ਤੱਤਾਂ ਦੀ ਉਪਲਬਧਤਾ ਨੂੰ ਵਧਾਉਂਦਾ ਹੈ। ਜ਼ਿਆਦਾ ਬ੍ਰਿਕਸ ਦੀ ਮਾਤਰਾ ਸਾਇਲਜ ਨੂੰ ਸਵਾਦਲਾ ਅਤੇ ਮਿੱਠਾ ਬਣਾਉਂਦੀ ਹੈ, ਜਿਸ ਨੂੰ ਜਾਨਵਰ ਚਾਹ ਨਾਲ ਖਾਂਦੇ ਹਨ। ਬ੍ਰਕਾਈ ਸੋਰਗੋ ਨਾਲ ਬਣੇ ਸਾਇਲਜ ਦੀ ਭੰਡਾਰਨ ਸਮਰੱਥਾ ਵਾਧੂ ਹੁੰਦੀ ਹੈ ਅਤੇ ਲੰਬੇ ਸਮੇਂ ਤੱਕ ਪੌਸ਼ਟਿਕਤਾ ਬਣੀ ਰਹਿੰਦੀ ਹੈ। ਇਹਨਾਂ ਖੂਬੀਆਂ ਦੀ ਵਜ੍ਹਾ ਨਾਲ ਨਿਵੇਸ਼ ਤੇ ਉਚੇਰਾ ਰਿਟਰਨ ਪ੍ਰਾਪਤ ਹੁੰਦਾ ਹੈ। ਬ੍ਰਕਾਈ ਸੋਰਗੋ ਦੀ ਆਧੁਨਿਕ ਬ੍ਰਕਟਾਈਕ ਤਕਨੀਕ ਦੀ ਵਜ੍ਹਾ ਨਾਲ ਬੂਟੇ ਵਿੱਚ ਇੰਟਰਨੋਡ ਯਾਨੀ ਕਿ 2 ਗੰਢਾਂ ਵਿਚਾਲੇ ਦੀ ਦੂਰੀ ਘੱਟ ਹੁੰਦੀ ਹੈ ਅਤੇ ਪੱਤੇ ਸੰਘਣੇ ਅਤੇ ਚੌੜੇ ਹੁੰਦੇ ਹਨ। ਬੂਟੇ ਦੀ ਉਚਾਈ ਘੱਟ ਹੋਣ ਕਰਕੇ ਡਿੱਗਣ ਦੀ ਕੋਈ ਸਮੱਸਿਆ ਨਹੀਂ ਹੁੰਦੀ ਅਤੇ ਮਸ਼ੀਨ ਨਾਲ ਕਟਾਈ ਸੌਖੀ ਹੋ ਜਾਂਦੀ ਹੈ। ਬ੍ਰਕਾਈ ਸੋਰਗੋ ਦੀ ਫਸਲ ਜਦੋਂ 80 ਤੋਂ 85 ਦਿਨਾਂ ਦੀ ਹੋ ਜਾਂਦੀ ਹੈ ਅਤੇ ਸੌਫਟ ਡੋ ਯਾਨੀ ਕਿ ਅੱਧ ਪੱਕੀ ਸਥਿਤੀ ਵਿੱਚ ਹੈ ਤਾਂ ਇਸ ਦੀ ਕਟਾਈ ਕਰਕੇ ਸਾਇਲਜ ਬਣਾਇਆ ਜਾਂਦਾ ਹੈ। ਕਿਸਾਨ ਭਰਾਵਾਂ ਤੋਂ ਜਾਣਦੇ ਹਾਂ ਬ੍ਰਕਾਈ ਸੋਰਗੋ ਨਾਲ ਬਣੇ ਸਾਇਲਜ ਦਾ ਤਜਰਬਾ। ਤੇ ਇੱਕ ਇਹਦੀ ਹੋਰ ਖਾਸੀਅਤ ਹੈ, ਜਿਵੇਂ ਆਪਣੇ ਫੰਗੀ ਸਾਈਡ ਆ ਜਾਂਦੀ ਆ, ਚਾਰ ਚੋਂ ਫੰਗੀ ਸਾਈਡ ਨਹੀਂ ਆਉਂਦੀ ਇਹਦੇ ਵਿੱਚ। ਜਿਵੇਂ ਆਪਣਾ ਕਈ ਵਾਰ ਤਰਪਾਲ ਉੱਪਰੋਂ ਪਾੜੇ ਦੇ ਮੱਕੀ ਦਾ ਚਾਰ ਕਾਫੀ ਦੂਰ ਤੱਕ ਖਰਾਬ ਹੋ ਜਾਂਦਾ, ਇਹਦਾ ਥੋੜ੍ਹੀ ਜਿਹੀ ਜਗ੍ਹਾ 'ਚ ਚਾਰ ਖਰਾਬ ਹੁੰਦਾ, ਇਹ ਚਾਰ ਬਿਲਕੁਲ ਠੰਡਾ ਰਹਿੰਦਾ। ਆਪਣਾ ਜਿਵੇਂ ਮੱਕੀ 'ਚ ਦਾਣੇ ਹੁੰਦੇ ਨੇ, ਇੱਕ ਨੇ ਇਹਦੇ ਵਿੱਚ ਵੀ ਬਰੀਕ ਦਾਣੇ ਨੇ ਆਪਣਾ, ਇਹਦਾ ਮੱਕੀ ਨੂੰ ਬਾਈਨ ਜ਼ਿਆਦਾ ਅਤੇ ਕਾਫੀ ਨਿੱਗਰ ਹੈ ਮੱਕੀ ਨੂੰ ਜੀ ਇਹ, ਅਤੇ ਸਾਨੂੰ ਅਸੀਂ ਪਾ ਰਹੇ ਹਾਂ, ਸਾਨੂੰ ਬਰਾਬਰ ਰਿਜ਼ਲਟ ਮਿਲ ਰਿਹਾ ਮੱਕੀ ਨਾਲ ਇਹਦਾ। ਚਾਰ ਆ ਬਹੁਤ ਵਧੀਆ, ਵਧੀਆ ਬੀਜ ਆ, ਵਧੀਆ ਮੱਲ ਦੀ ਆ, ਫੰਕਸ ਬਹੁਤ ਘੱਟ ਪੈਂਦੇ, ਉੱਲੀ ਹੈਡ ਗ੍ਰੈਵਿਟੀ ਸਾਰਾ ਕੁਛ ਸਹੀ ਆ ਰਿਹਾ, ਇਹਦੇ ਵਿੱਚ ਦਾਣਾ ਵੀ ਵਧੀਆ, ਖਾਣ ਨੂੰ ਵੀ ਪਸ਼ੂ ਵਧੀਆ ਖਾਂਦੇ ਨੇ, ਹਾਜ਼ਮ ਆਉਂਦਾ, ਸਾਰਾ ਕੁਛ ਸਹੀ ਆ ਰਿਹਾ, ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਇਹਦੇ ਮੇਰੇ ਕੋਲ। ਤਾਂ ਦੇਖਿਆ ਤੁਸੀਂ ਕਿਵੇਂ ਬ੍ਰਕਾਈ ਸੋਰਗੋ ਡੇਅਰੀ ਕਿਸਾਨਾਂ ਲਈ ਲਾਭਕਾਰੀ ਹੈ। ਮੱਕੀ ਨਾਲੋਂ ਵਧੀਆ ਝਾੜ, ਭਰਪੂਰ ਪੌਸ਼ਟਿਕ ਸਾਇਲੇਜ, ਉਹ ਵੀ ਘੱਟ ਕੀਮਤ ਤੇ, ਯਾਨੀ ਕਿ ਫਾਇਦਾ ਹੀ ਫਾਇਦਾ। ਇਹ ਸਭ ਖੂਬੀਆਂ ਬਣਾਉਂਦੀਆਂ ਹਨ ਬ੍ਰਕਾਈ ਸੋਰਗੋ ਨੂੰ ਸਾਇਲਜ ਲਈ ਇੱਕ ਸ਼ਾਨਦਾਰ ਅਤੇ ਆਕਰਸ਼ਕ ਪੇਸ਼ਕਸ਼। ਬ੍ਰਕਾਈ ਸੋਰਗੋ, ਫਾਇਦਾ ਜ਼ਿਆਦਾ, ਫਸਲ ਵਿੱਚ ਦਮ, ਸਾਇਲਜ ਹੋਵੇਗਾ ਟਨ ਟਨਾ ਟਨ।